welcom to all of the ਸਵਾਗਤ ਹੈ ਤੁਹਾਡੇ ਆਪਣੇ ਚੈਨਲ ਦੇ ਵਿੱਚ ਔਰ ਪੰਜਾਬ ਐਜੂਕੇਸ਼ਨਲ ਰਿਕਰੂਟਮੈਂਟ ਬੋਰਡ ਦਵਾਰਾ ਇੱਕ ਵਾਰ ਫਿਰ ਤੋਂ ਨਵੀਆਂ ਜਿਹੜੀਆਂ ਅਸਾਮੀਆਂ ਅਧਿਆਪਕਾਂ ਦੀਆਂ ਕੱਢੀਆਂ ਗਈਆਂ ਨੇ ਔਰ ਡਾਇਰੈਕਟਰ ਸਿੱਖਿਆ ਭਾਰਤੀ ਡਾਇਰੈਕਟਰ ਪੰਜਾਬ ਵੱਲੋਂ ਜਿਹੜੀ ਇੱਕ ਨਵਾਂ ਨੋਟੀਫਿਕੇਸ਼ਨ ਤੁਸੀਂ ਦੇਖਦੇ ਹੋ 9 10 2020 ਨੂੰ ਜਾਰੀ ਕਰ ਦਿੱਤਾ ਗਿਆ ਪਬਲਿਕ ਨੋਟਿਸ ਜਿਹੜਾ ਆ ਚੁੱਕਿਆ ਹੈ ਇਸ ਤੋਂ ਪਹਿਲਾਂ ਜਿਹੜੇ ਮਾਸਟਰ ਗ੍ਰੇਡ ਦੀਆਂ 3264 ਅਸਾਮੀਆਂ ਕੱਢੀਆਂ ਸੀ ਔਰ ETTT ਦੀਆਂ ਲਗਭਗ 2400 ਪਲੱਸ ਜਿਹੜੀਆਂ ਅਸਾਮੀਆਂ ਕੱਢੀਆਂ ਸੀ ਬਾਅਦ ਵਿੱਚ ਉਹਨਾਂ ਨੇ ਐਡ ਕਰ ਦਿੱਤਾ ਸੀ ਔਰ ਇਸ ਵੀਡੀਓ ਦੇ ਐਂਡ ਤੱਕ ਤੁਹਾਨੂੰ ਇਹ ਵੀ ਦੱਸਾਂਗੇ ਕਿ ਜਿਹੜੀਆਂ ਮਾਸਟਰ ਗ੍ਰੇਡ ਦੀਆਂ ਅਸਾਮੀਆਂ ਦੇ ਵਿੱਚ ਹੋਰ ਸਾਮੀਆਂ ਐਡ ਹੋ ਸਕਦੀਆਂ ਜਾਂ ਨਹੀਂ ਹੋ ਸਕਦੀਆਂ ਉਸ ਬਾਰੇ ਵੀ ਗੱਲ ਕਰਾਂਗੇ ਇਸ ਵੀਡੀਓ ਦੇ ਐਂਡ ਤੱਕ ਸੋ ਜਿਹੜੀਆਂ ਇਹ ਨਵੀਆਂ ਸਾਮੀਆਂ ਜੋ ਕਿ ਬਾਇਓਲੋਜੀ ਸਵਿਕਸ ਫਿਜ਼ਿਕਸ ਕਹਾਂਗੇ ਆਪਾਂ ਅੰਗਰੇਜ਼ੀ ਪੰਜਾਬੀ ਦੇ ਵਿੱਚ ਕੁਝ ਹੋਰ ਨਵੀਆਂ ਦੇ ਅਪਕੰਨੀਆਂ ਸਾਮੀਆਂ ਆਈਆਂ ਜਿਹੜਾ ਨੋਟੀਫਿਕੇਸ਼ਨ ਜਿਹੜਾ ਨਵਾਂ ਆਇਆ ਤੁਸੀਂ ਦੇਖਦੇ ਹੋ 9 10 2020 ਨੂੰ ਇਸ ਬਾਰੇ ਪੂਰੀ ਨੌਲੇਜ ਤੁਹਾਨੂੰ ਦੇਵਾਂਗੇ ਤੋਂ ਉਸ ਤੋਂ ਪਹਿਲਾਂ ਗੱਲ ਕਰ ਲਈਏ ਜੋ ਕਿ ਮਾਸਟਰਕੀਟਰ ਐਸਐਸਟੀ ਦੀ ਤਿਆਰੀ ਕਰ ਰਿਹਾ ਹੈ ਜਾਂ ਪੰਜਾਬੀ ਦੀ ਤਿਆਰੀ ਕਰ ਰਿਹਾ ਹੈ ਸੋ ਉਹ ਆਪਣੇ ਚੈਨਲ ਨਾਲ ਜੁੜ ਸਕਦੇ ਆ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਆ ਆਪਣੇ ਚੈਨਲ ਤੇ ਜਿਹੜੀ ਐਸਐਸਟੀ ਮਾਸਟਰਕੀਟਰ ਦੇ ਲਈ ਹਿਸਟਰੀ ਦੀਆਂ ਫ੍ਰੀ ਕਲਾਸਾਂ ਚੱਲ ਰਹੀਆਂ ਔਰ ਨੋਟਸ ਵੀ ਤੁਹਾਨੂੰ ਪ੍ਰੋਵਾਈਡ ਕਰਾਏ ਜਾਣਗੇ ਔਰ ਸਵਿਕਸ ਦਾ ਇੱਕ ਪੇਡ ਲੈਕਚਰ ਆਪਾਂ ਸਟਾਰਟ ਕੀਤਾ ਉਸ ਬਾਰੇ ਹਾਂਜੀ ਗੱਲ ਕਰਦੇ ਆ ਕਿ ਜੋ ਪੰਜਾਬੀ ਮਾਸਟਰਕੀਟ ਜਾਂ ਐਸਐਸਟੀ ਮਾਸਟਰਕੀਟ ਦੀ ਤਿਆਰੀ ਕਰ ਰਹੇ ਨੇ ਠੀਕ ਹੈ ਕਿਉਂਕਿ ਇਹਨਾਂ ਦਾ ਐਗਜ਼ਾਮ ਜਲਦੀ ਹੋਣ ਵਾਲਾ ਹੈ ਜਦੋਂ ਵੀ ਸਕੂਲ ਸਟਾਰਟ ਹੋਣਗੇ ਤਾਂ ਐਗਜ਼ਾਮ ਹੋਏਗਾ ਠੀਕ ਹੈ ਸੋ ਆਪਣੇ ਕੋਲੇ ਸਬਜੈਕਟ ਐਸਐਸਟੀ ਦੇ ਲਈ ਸਵਿਕਸ ਦਾ ਇੱਕ ਪੇਡ ਕੋਰਸ ਆਪਾਂ ਸਟਾਰਟ ਕੀਤਾ ਹੈ ਠੀਕ ਹੈ ਜੇਕਰ ਤੁਸੀਂ ਹਿਸਟਰੀ ਤੇ ਸਿਵਿਕਸ ਦੋਨੇ ਸਿਵਿਕਸ ਦੇ ਕੰਬੀਨੇਸ਼ਨ ਦੇ ਤੌਰ ਤੇ ਤਿਆਰੀ ਕਰ ਰਹੇ ਹੋ ਤਾਂ ਹਿਸਟਰੀ ਦੀਆਂ ਫ੍ਰੀ ਕਲਾਸਾਂ ਆਪਣੇ ਚੈਨਲ ਤੇ ਮਿਲ ਜਾਣਗੀਆਂ ਇੱਕ ਇੱਕ ਟੌਪਿਕ ਸਲੇਪ ਸਵਾਇ ਤੁਹਾਨੂੰ ਕਲੀਅਰ ਕਰਾਇਆ ਜਾ ਰਿਹਾ ਹੈ ਤਾਂ ਉਹ ਕਲਾਸਾਂ ਤੁਸੀਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਜਾ ਕੇ ਤੁਹਾਨੂੰ ਜਿਹੜਾ ਲਿੰਕ ਮਿਲ ਜਾਏਗਾ ਉੱਥੇ ਜਾ ਕੇ ਜਿਹੜੀਆਂ 75 ਕਲਾਸਾਂ ਜਿਹੜੀਆਂ ਇੰਡੀਅਨ ਹਿਸਟਰੀ ਦੀਆਂ ਜਿਹੜੀਆਂ ਅਪਲੋਡ ਹੋਈਆਂ ਉਹ ਦੇਖ ਸਕਦੇ ਹੋ ਉਸ ਤੋਂ ਬਾਅਦ ਪੰਜਾਬ ਹਿਸਟਰੀ ਕਰਾਈ ਜਾਏਗੀ ਜਲਦੀ ਵਰਲਡ ਹਿਸਟਰੀ ਕਰਾਈ ਜਾਏਗੀ ਤਾਂ ਕਿ ਤੁਹਾਡਾ ਐਸਐਸਟੀ ਮਾਸਟਰ ਕਿਟ ਲਈ ਹਿਸਟਰੀ ਦਾ ਇੱਕ ਇੱਕ ਟੌਪਿਕ ਕੰਪਲੀਟ ਹੋ ਜਾਏਗਾ ਹੋਰ ਉਸ ਸਿਵਿਕਸ ਵਾਸਤੇ ਤੁਸੀਂ ਕੀ ਕਰਨਾ ਸਿਕਸ ਵਾਸਤੇ ਤੁਸੀਂ ਇਹ ਨਵਾਂ ਬੈਚ ਜਿਹੜਾ ਸਟਾਰਟ ਕਰ ਸਕਦੇ ਹੋ ਔਰ ਲੈਕਚਰ ਵੀਡੀਓ ਤੁਹਾਨੂੰ ਇਸ ਦੇ ਵਿੱਚ ਮਿਲਣਗੀਆਂ ਥਿਉਰੀ ਵੀਡੀਓ ਦਿੱਤੀਆਂ ਜਾਣਗੀਆਂ ਇੱਕ ਇੱਕ ਟੌਪਿਕ ਜਿਹੜਾ ਲੈਕਚਰ ਤੇ ਤੁਹਾਨੂੰ ਵੀਡੀਓ ਕਲਾਸ ਦੇ ਵਿੱਚ ਲਾਈਵ ਕਲਾਸ ਦੇ ਵਿੱਚ ਕਲੀਅਰ ਕਰਾਇਆ ਜਾਏਗਾ ਔਰ MCQ ਟੈਸਟ ਵੀ ਦਿੱਤੇ ਜਾਣਗੇ ਔਰ ਫ੍ਰੀ ਨੋਟਸ PDF ਤੁਹਾਨੂੰ ਪ੍ਰੋਵਾਈਡ ਕਰਾਈ ਜਾਣਗੇ ਠੀਕ ਹੈ ਫ੍ਰੀ ਨੋਟਸ ਜੋ ਕਿ ਲੈਕਚਰ ਵਿੱਚ ਪੜਾਇਆ ਜਾਏਗਾ ਉਹੀ ਤੁਹਾਨੂੰ ਪ੍ਰੋਵਾਈਡ ਕਰਾਇਆ ਜਾਏਗਾ ਔਰ ਫੁੱਲ ਸਿਲੇਬਸ ਕੰਪਲੀਟ ਹੋਏਗਾ ਠੀਕ ਹੈ ਤੁਹਾਡਾ ਐਗਜ਼ਾਮ ਹੋਣ ਤੋਂ ਪਹਿਲਾਂ ਪਹਿਲਾਂ ਸਵਿਕਸ ਦਾ ਜਿਹੜਾ ਸਿਲੇਬਸ ਕੰਪਲੀਟ ਕੀਤਾ ਜਾਏਗਾ ਹਰ ਹਾਲਤ ਦੇ ਵਿੱਚ ਚਾਹੇ ਇੱਕ ਦਿਨ ਚ 4 ਘੰਟੇ ਲੈਕਚਰ ਹੋਵੇ ਚਾਹੇ ਇੱਕ ਦਿਨ ਚ 5 ਘੰਟੇ ਲੈਕਚਰ ਹੋਵੇ ਬੈਸੇ ਤਾਂ ਹੋ ਨਹੀਂ ਸਕਦਾ ਕਿਉਂਕਿ ਐਗਜ਼ਾਮ ਦੀ ਹਜੇ ਕੋਈ ਡੇਟ ਨਹੀਂ ਹੈ ਸੋ ਆਪਾਂ ਬਿਲਕੁਲ ਕੰਟੀਨਿਊ ਰੱਖਾਂਗੇ ਕਿ ਤੁਹਾਡੀ ਕਲਾਸ ਜਿਹੜੀ ਇਸ ਤਰ੍ਹਾਂ ਹੋਵੇਗੀ ਕਿ ਐਗਜ਼ਾਮ ਡੇਟ ਤੋਂ ਪਹਿਲਾਂ ਪਹਿਲਾਂ ਤੁਹਾਡਾ ਸਲੇਵਸ ਸਿਵਿਕਸ ਦਾ ਕੰਪਲੀਟ ਹੋਏਗਾ ਸੋ ਇਹ ਸੈਕੰਡ ਬੈਚ ਆਪਾਂ ਚਲਾ ਰਹੇ ਹਾਂ ਇਸ ਤੋਂ ਪਹਿਲਾਂ ਲਗਭਗ ਬਹੁਤ ਸਾਰੇ ਸਟੂਡੈਂਟਸ ਨੇ ਜਿਹੜਾ ਇਸ ਬੈਚ ਨੂੰ ਕੁਆਲੀਫਾਈ ਕੀਤਾ ਸੀ ਕਹਿੰਦੇ ਬਲੇ ਇਸ ਬੈਚ ਨੂੰ ਜਿਹੜਾ ਜੁਆਇਨ ਕੀਤਾ ਸੀ ਸੋ ਉਹਨਾਂ ਦਾ ਜਿਹੜਾ ਪਹਿਲਾਂ ਵਾਲਾ ਬੈਚ ਖਤਮ ਹੋਣ ਵਾਲਾ ਆਪਾਂ ਹੁਣ ਜਿਹੜਾ ਨਵਾਂ ਬੈਚ ਸਟਾਰਟ ਕਰਨ ਜਾ ਰਹੇ ਹਾਂ ਜੋ ਕਿ 15 ਅਕਤੂਬਰ ਤੋਂ ਸਟਾਰਟ ਹੋਏਗਾ ਠੀਕ ਹੈ ਅੱਜ 12 ਅਕਤੂਬਰ ਹੈਗੀ ਹੈ ਸੋ ਓਨਲੀ ਜਿਹੜੀ ਫੀਸ ਹੋਏਗੀ ਇਸ ਦੀ 1000 ਹੋਏਗੀ ਠੀਕ ਹੈ 1000 ਦੇ ਵਿੱਚ ਜਿਹੜਾ ਤੁਸੀਂ ਇਹ ਕਲਾਸਾਂ ਜੁਆਇਨ ਕਰ ਸਕਦੇ ਹੋ ਮਾਸਟਰ ਕੈਡ ਐਸਐਸਟੀ ਸਿਵਿਕਸ ਓਨਲੀ ਸਿਵਿਕਸ ਫੈਕਟ ਵਾਸਤੇ ਠੀਕ ਹੈ ਜੇਕਰ ਤੁਸੀਂ ਕਿਸੇ ਵੀ ਕੋਚਿੰਗ ਸੈਂਟਰ 'ਚ ਜਾਓਗੇ ਤਾਂ ਇਸ ਦੇ ਵਿੱਚ ਤੁਹਾਨੂੰ 15000 ਰੁਪਏ ਵੱਧ ਤੋਂ ਵੱਧ ਜਿਹੜਾ ਕੋਚਿੰਗ ਸੈਂਟਰ ਜਾਂ ਇੰਸਟੀਚਿਊਟ ਦੇ ਵਿੱਚ ਦੇਣਾ ਪੈਗਾ ਤਿਆਰੀ ਕਰਨ ਲਈ ਇਗਜ਼ਾਮ ਦੀ ਮਾਸਟਰ ਗ੍ਰੈਜੂਏਟ ਐਸਐਸਟੀ ਦੀ ਠੀਕ ਹੈ ਸੋ ਇਸ ਲਈ ਆਪਾਂ ਸਿਰਫ 1000 ਦੇ ਵਿੱਚ ਬਿਲਕੁਲ ਫ੍ਰੀ ਹੀ ਹੈ ਤੁਸੀਂ ਮੰਨੋ ਕਿ ਬਿਲਕੁਲ ਤੁਹਾਨੂੰ ਫ੍ਰੀ ਪੀਡੀਐਫ ਨੋਟਸ ਦਿੱਤੇ ਜਾਣਗੇ ਔਰ ਫ੍ਰੀ ਤੁਹਾਨੂੰ ਐਮਸੀਕਿਊ ਟੈਸਟ ਦਿੱਤੇ ਜਾਣਗੇ ਔਰ ਤੁਹਾਡਾ ਸਲੇਪਸ ਦਾ ਇੱਕ ਵੀ ਟੌਪਿਕ ਜਿਹੜਾ ਨਹੀਂ ਬਚੇਗਾ ਠੀਕ ਹੈ ਇਹ ਚੀਜ਼ ਨੂੰ ਨੋਟ ਰੱਖਿਓ ਔਰ ਦੂਸਰੀ ਚੀਜ਼ ਹੈ ਕਿ ਤੁਸੀਂ ਇਸ ਨੰਬਰ ਤੇ ਕੰਟੈਕਟ ਕਰਨਾ ਹੋਵੇਗਾ ਨੰਬਰ ਹੈਗਾ 9878731752 ਔਰ ਇਸ ਨੰਬਰ ਤੇ ਤੁਸੀਂ ਓਨਲੀ WhatsApp SMS ਕਰੋਗੇ ਔਰ ਤੁਹਾਨੂੰ ਜਿਹੜੀ ਫੁੱਲ ਇਨਫੋ ਕਰਨੀ ਹੈ ਠੀਕ ਹੈ ਕਿਉਂਕਿ 15 ਅਕਤੂਬਰ ਤੋਂ ਆਪਣੀਆਂ ਕਲਾਸਾਂ ਸਟਾਰਟ ਹੋਣ ਜਾ ਰਹੀਆਂ ਨੇ ਠੀਕ ਹੈ ਜੀ ਹੁਣ ਗੱਲ ਕਰ ਲਈਏ ਆਪਾਂ ਜਿਹੜੀ ਪੰਜਾਬ ਦੇ ਵਿੱਚ ਇੱਕ ਨਵੀਆਂ ਪੋਸਟਾਂ ਆਈਆਂ ਰਿਕਰੂਟਮੈਂਟ ਬੋਰਡ ਦੁਆਰਾ ਕੱਟੀਆਂ ਗਈਆਂ ਉਹ ਪੋਸਟਾਂ ਕੀ ਹਨ ਜੇਕਰ ਇਹਨਾਂ ਪੋਸਟਾਂ ਦੀ ਗੱਲ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਇਹ ਮੈਰਿਟ ਮੈਰਿਟੋਰੀਅਸ ਸੋਸਾਇਟੀ ਦੇ ਅਧੀਨ ਪੰਜਾਬ ਰਾਜ ਵਿੱਚ ਮੈਰੀਟੋਰੀਅਸ ਸਕੂਲਾਂ ਦੇ ਵਿੱਚ ਵੱਖ-ਵੱਖ ਵਿਸ਼ੇ ਦੇ ਲੈਕਚਰਾਰਾਂ ਦੀਆਂ ਜਿਹੜੀਆਂ ਸਾਮੀਆਂ ਕੱਢੀਆਂ ਗਈਆਂ ਨੇ ਔਰ ਇਸ ਵਿੱਚ ਬਾਇਓਲੋਜੀ ਦੀ ਇੱਕ ਪੋਸਟ, కెਮਿਸਟਰੀ ਦੀਆਂ 5 ਪੋਸਟਾਂ, ਅੰਗਰੇਜ਼ੀ ਦੀਆਂ 3 ਔਰ ਮੈਥ ਦੀਆਂ 3 ਔਰ ਫਿਜ਼ਿਕਸ ਦੀਆਂ 5 ਪੋਸਟਾਂ ਔਰ ਪੰਜਾਬੀ ਦੀ ਇੱਕ ਪੋਸਟ ਠੀਕ ਹੈ ਟੋਟਲ 18 ਸਾਮੀਆਂ ਜਿਹੜੀਆਂ ਲੈਕਚਰਾਰ ਦੀਆਂ ਇਹ ਕੱਢੀਆਂ ਗਈਆਂ ਨੇ ਸਬਜੈਕਟਾਂ ਦੇ ਵਿੱਚ ਕੁੱਲ ਔਰ ਡੀਪੀਆਈ ਅਤੇ ਮਰਦ ਅਤੇ ਔਰਤਾਂ ਦੋਨਾਂ ਦੇ ਲਈ ਜਿਹੜੀਆਂ 13 ਸਾਮੀਆਂ ਜਿਹੜੀਆਂ ਕੱਟੀਆਂ ਗਈਆਂ ਔਰ ਇੱਥੇ ਜਿਹੜੀ ਸਭ ਤੋਂ ਖਾਸ ਗੱਲ ਕੀ ਹੈ ਕਿ ਜਿਹੜੀਆਂ ਇਹ ਪੋਸਟਾਂ ਨੇ ਇਹ ਠੇਕੇ ਦੇ ਵੱਲੋਂ ਜਿਹੜੀਆਂ ਵੈਬਸਾਈਟ ਤੇ ਜਿਹੜਾ ਆਨਲਾਈਨ ਦਰਖਾਸਤਾਂ ਦੀਆਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਸੋ ਇਹਨਾਂ ਪੋਸਟਾਂ ਨੂੰ ਦੇਖੀਓ 9 10 2020 ਤੋ ਜਿਹੜਾ ਅਪਲਾਈ ਕਰ ਸਕਦੇ ਹੋ ਔਰ 22 10 2020 ਤੱਕ ਜਿਹੜੀਆਂ ਇਹ ਪੋਸਟਾਂ ਜਿਹੜੀਆਂ ਤੁਸੀਂ ਭਰ ਸਕਦੇ ਹੋ ਉਸ ਤੋਂ ਬਾਅਦ ਇਹਨਾਂ ਪੋਸਟਾਂ ਨੂੰ ਜਿਹੜਾ ਡੇਟ ਇਸ ਦੀ ਚਲੀ ਜਾਏਗੀ ਸੋ ਤੁਹਾਡੇ ਲਈ ਵਧੀਆ ਮੌਕਾ ਔਰ ਜੋ ਵੀ ਇਸ ਜੋਬ ਦੇ ਵਿੱਚ ਲੈਕਚਰਰ ਭਰਤੀ ਦੇ ਵਿੱਚ ਟੀਚਰਾਂ ਦੀ ਭਰਤੀ ਵਿੱਚ ਇੰਟਰਸਟਡ ਹੈਗੇ ਤਾਂ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਆ ਔਰ ਫੁੱਲ ਨੋਟੀਫਿਕੇਸ਼ਨ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਬਾਇਓਲੋਜੀ ਬਾਰੇ ਕੀ ਐਲੀਜੀਬਿਲਟੀ ਹੈ కెਮਿਸਟਰੀ ਬਾਰੇ ਔਰ ਅੰਗਰੇਜ਼ੀ ਬਾਰੇ ਔਰ ਮੈਥ ਬਾਰੇ ਫਿਜ਼ਿਕਸ ਬਾਰੇ ਪੰਜਾਬੀ ਬਾਰੇ ਔਰ ਅ ਡিপিਆਈ ਦੀ ਪੋਸਟ ਬਾਰੇ ਕੀ ਐਲੀਜੀਬਿਲਟੀ ਹੈਗੀ ਐ ਸੋ ਇਹਨਾਂ ਦੀ ਇਸ ਵੈਬਸਾਈਟ ਤੇ ਜਾ ਕੇ ਤੁਸੀਂ ਇਹਨਾਂ ਦਾ ਇੱਕ ਅੱਲਾ-ਕੱਲਾ ਨੋਟੀਫਿਕੇਸ਼ਨ ਜਿਹੜਾ ਡਾਊਨਲੋਡ ਕਰਕੇ ਜਿਹੜਾ ਤੁਸੀਂ ਆਪਣਾ ਰੀਡ ਕਰ ਸਕਦੇ ਹੋ ਸੋ ਇਹ ਇਨਫੋ ਆਪਾਂ ਤੁਹਾਡੇ ਨਾਲ ਸ਼ੇਅਰ ਕਰਨੀ ਬਣਦੀ ਸੀ ਔਰ ਚੈਨਲ ਤੇ ਇਸ ਤੋਂ ਪਹਿਲਾਂ ਆਪਣੇ ਚੈਨਲ ਤੇ ਮਾਸਟਰ ਗ੍ਰੇਡ ਪੰਜਾਬੀ ਐਸਐਸਟੀ ਦੀ ਵਧੀਆ ਤਿਆਰੀ ਚੱਲ ਰਹੀ ਹੈ ਤੁਸੀਂ ਉਹ ਜੁਆਇਨ ਕਰ ਸਕਦੇ ਹੋ ਪੀਐਸਟ ਟੈਟ ਦੀ ਵੀ ਤਿਆਰੀ ਆਪਾਂ ਜਿਹੜੇ ਚੈਨਲ ਤੇ ਕਰਾਉਂਦੇ ਰਹਿੰਦੇ ਆ ਕਿਉਂਕਿ ਇਸ ਤੋਂ ਪਹਿਲਾਂ ਆਪਣੇ ਚੈਨਲ ਤੋਂ ਲਗਭਗ 500 ਸਟੂਡੈਂਟਸ ਨੇ ਜਿਹੜਾ ਪੀਐਸਟ ਟੈਟ ਕਲੀਅਰ ਕੀਤਾ ਪਿਛਲੇ ਜਿਹੜ ਚੈਨਲ ਨਾਲ ਜੁੜੇ ਰਹੋ ਇਨਫੋ ਮਿਲਦੀ ਰਹੇਗੀ ਜੇਕਰ ਜਾਣਕਾਰੀ ਬਧੀ ਲਗੀ ਪਲੀ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਦਬੋ ਔਰ ਵੀਡੀਓ ਨੂੰ ਬਤਵਾ ਸ਼ੇਅਰ ਕਰੋ ਹਾਂ ਇੱਕ ਚੀਜ਼ ਰਹਗੀ ਸੀ ਜਿਹੜੀ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਦੱਸੀ ਸੀ ਕਿ ਜੋ ਮਾਸਟਰ ਜੀਟਰ ਦੀਆਂ 3264 ਅਸਾਮੀਆਂ ਆਈਆਂ ਹੋਈਆਂ ਨੇ ਠੀਕ ਹੈ ਸੋ ਉਹਨਾਂ ਦੇ ਵਿੱਚ ਐਸਐਸਟੀ ਪੰਜਾਬੀ ਜਾਂ ਹਿੰਦੀ ਦੀਆਂ ਪੋਸਟਾਂ ਕਾਫੀ ਕੱਟ ਨੇ ਉੱਥੇ ਹੁਣ ਕੁਝ ਇਹ ਆਸਲ ਲਗਾਈ ਜਾ ਰਹੀ ਹੈ ਕਿ ਵੱਖ-ਵੱਖ ਜਿਹੜੇ ਬੇਰੁਜ਼ਗਾਰ ਪੀਐਸਟੈਟ ਜਾਂ ਬੀਐਡ ਸੰਘਰਸ਼ ਕਮੇਟੀਆਂ ਹੈਗੀਆਂ ਜਾਂ ਜੂਨੀਅਨ ਹੈਗੀਆਂ ਸੋ ਉਹਨਾਂ ਦੁਆਰਾ ਗੱਲ ਕੀਤੀ ਗਈ ਹੈ ਸਿੱਖਿਆ ਮੰਤਰੀ ਨਾਲ ਕਿ ਜਿਹੜੀਆਂ ਐਸਐਸਟੀ ਦੀਆਂ ਜਾਂ ਪੰਜਾਬੀ ਦੀਆਂ ਪੋਸਟਾਂ ਨੂੰ ਵਧਾਇਆ ਜਾ ਸਕਦੇ ਇਹਨਾਂ ਪੋਸਟਾਂ ਵਿੱਚ ਹੀ ਐਡ ਕੀਤਾ ਜਾ ਸਕਦਾ ਪਰ ਜਿਹੜੀ ਉਮਰ ਹੱਦ ਹੈ ਉਹ ਨਹੀਂ ਦੇ ਸਕਦੀ ਸਰਕਾਰ ਠੀਕ ਹੈ ਹੋ ਸਕਦਾ ਕਿ ਐਗਜ਼ਾਮ ਹੋਣ ਤੋਂ ਪਹਿਲਾਂ ਐਸਐਸਟੀ ਪੰਜਾਬੀ ਦੀਆਂ ਪੋਸਟਾਂ ਵਧਾ ਕੇ ਕੁਝ ਹੋਰ ਐਡ ਕੀਤੀਆਂ ਜਾ ਸਕਣ ਠੀਕ ਹੈ ਸੋ ਉਸ ਵਾਸਤੇ ਤੁਹਾਨੂੰ ਜੋ ਬੇਰਸਗਰ ਬੀਏਟ ਜੂਨੀਅਨ ਹੈ ਠੀਕ ਹੈ ਤਾਂ ਉਹਨਾਂ ਦਾ ਜਿਹੜਾ ਸਾਥ ਦੇਣਾ ਜ਼ਰੂਰ ਬਣਦਾ ਹੈਗਾ ਤਾਂ ਹੋ ਸਕੇ ਕਿ ਜਿਹੜੀਆਂ ਪੰਜਾਬੀ ਐਸਐਸਟੀ ਹਿੰਦੀ ਦੀਆਂ ਜਿਹੜੀਆਂ ਪੋਸਟਾਂ ਮਾਸਟਰ ਜਿਹੜੇ ਵਿੱਚ ਘਾਟ ਆਈਆਂ ਸੀ ਤਾਂ ਉਹ ਵਧਾਈਆਂ ਜਾ ਸਕਦੀਆਂ ਠੀਕ ਸੌਰੀ ਔਰ ਜੇਕਰ ਔਰ ਜੇਕਰ ਤੁਸੀਂ ਜੂਨੀਅਨ ਦਾ ਸਾਥ ਦਿਓਗੇ ਤਾਂ ਜ਼ਰੂਰ ਹੋ ਸਕਦਾ ਕਿ ਇਹਨਾਂ ਪੋਸਟਾਂ ਨੂੰ ਗੇਨ ਕੀਤਾ ਜਾ ਸਕੇ ਠੀਕ ਹੈ ਜੀ ਮਿਲਾਂਗੇ ਇੱਕ ਹੋਰ ਨਵਾਂ ਵੀਡੀਓ ਲੈ ਕੇ ਐਜੂਕੇਸ਼ਨ ਨਾਲ ਸਟੱਡੀ ਨਾਲ ਸੰਬੰਧ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਤੁਸੀਂ ਹਰ ਇੱਕ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਆਪਣੇ ਚੈਨਲ ਤੇ ਕਰ ਸਕਦੇ ਹੋ ਥੈਂਕ ਯੂ ਸੋ ਮਚ ਟੇਕ ਕੇਅਰ ਬਾਏ